ਕਈ ਫਿਲਮਾਂ ਇੱਦਾਂ ਦੀਆਂ ਹੁੰਦੀਆਂ ਤੁਸੀਂ ਬਣਾਉਂਦੇ ਨੀਗੇ, ਉਹ ਬਣ ਜਾਂਦੀਆਂ ਨੇ ਜੀ। ਵਾਹਿਗੁਰੂ ਮਿਹਰ ਕਰਦਾ, ਸਾਡੀ ਕਿਸਮਤ ਚੰਗੀ ਸੀ ਕਿ ਸਾਡੀ ਝੋਲੀ ਇਹ ਸਬਜੈਕਟ ਆ ਗਿਆ। ਜਦੋਂ ਮੂਵੀ ਤੁਸੀਂ ਲਿਖਦੇ ਹੋ ਤੁਸੀਂ ਲਿਖ ਵੀ ਰਹੇ ਹੋ ਅਰਦਾਸ ਜੀ, ਸਾਰੇ ਸਰੋਤ ਕੀ ਹੈ ਤੁਹਾਡੀ ਰਿਸਰਚ ਦਾ? ਇਹ ਮੁਰੀਦ ਨੇ ਸਲਾਈਸ ਆਫ ਲਾਈਫ ਤੇ ਹੁਣ ਸਮਾਜ ਵਿੱਚ ਇੱਕ ਬਹੁਤ ਇੱਕ ਕਰੋਨਾ ਚੱਲ ਰਿਹਾ। ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲ ਆਣ ਕੇ ਉਸ ਥਾਂ ਚਹਿਕਦੀ ਹੈ। ਕਈ ਬੰਦਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਫਿਲਮਾਂ ਸਿਰਫ ਸਬਸਿਡੀ ਲਈ ਬਾਹਰ ਸ਼ੂਟ ਕੀਤੀ ਹੈ। ਜਿਹੜੀ ਸਰਜਨ ਦੀ ਗੱਲ ਪੈਂਦੀ ਉਹ ਤਾਂ ਭੂਟਾਨ ਤੋਂ ਹੀ ਆ ਗਿਆ ਨਾ ਕੋਈ। ਹਾਂ ਹਾਂ ਹਾਂ, ਭੂਟਾਨ 'ਚ ਬੜੀ ਵਧੀਆ ਘਟਨਾ ਹੋਈ ਸੀ ਜਾਂ ਸਬਜੈਕਟ ਹੈ, ਉਧਰ ਉਧਰ ਕਰਾਂ ਸਲਾਮਾਂ ਦਿੰਦੀ ਦੁਨੀਆ ਕਹਿੰਦੀ ਏ, ਜਿੱਧਰ ਜਿੱਧਰ ਜਾਂਦੇ ਮੇਰੇ ਬਾ ਕਿਰਦਾਰ ਪੰਜਾਬੀ। ਜਨਵਰੀ ਫਰਵਰੀ ਮਾਰਚ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਤਾਂ ਮੇਰਾ 13 ਸਤੰਬਰ ਹੈ। ਜਿਹਾਸੇ ਸੱਜਣਾ ਉੱਡ ਪੁੱਡ ਗਏ ਨੇ ਵਿਹੜੇ ਵਿੱਚੋਂ ਵਾਹ ਦੇ ਵਾਂਗੂ, ਗਮ ਵੀ ਵੇਖੀ ਮਿੱਧੇ ਜਾਣੇ ਜੁੱਤੀ ਥੱਲੇ ਘਾਹ ਦੇ ਵਾਂਗੂ। ਉਹ ਫਿਕਰਾਂ ਨੂੰ ਤੇ ਫੂਕਾਂ ਰੱਖੋ ਜਾਂ ਫਿਰ ਪੀ ਜਾਓ ਚਾਹ ਦੇ ਵਾਂਗੂ। ਹਰ ਵੇਲੇ ਸ਼ੁਕਰਾਨਾ ਕਰੀਏ, ਮਨ ਸਿਮਰਨ ਮਾਲਾ ਫੜੀਏ ਜੀ। ਆਓ ਇੱਕ ਅਰਦਾਸ ਆਪਾਂ ਸਰਬਤ ਦੇ ਭਲੇ ਦੀ ਕਰੀਏ ਜੀ। ਅਰਦਾਸ ਕਰੋ ਸਰਬਤ ਦੇ ਭਲੇ ਦੀ, ਅਰਦਾਸ ਕਰੋ ਸਰਬਤ ਦੇ ਭਲੇ ਦੀ। ਤੀਨੇ ਤਾਪ ਨਿਵਾਰਨ ਹਾਰਾ ਤੁਖੰਤਾ ਸੁਖਰਾਸ, ਤਾਕੋ ਬਿਗਨ ਨਾ ਕਹੂ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ। ਜਦੋਂ ਅਸੀਂ ਅਰਦਾਸ ਕਰਦੇ ਹਾਂ ਸਰਬਤ ਦੇ ਭਲੇ ਦੀ, ਤੇ ਉਦੋਂ ਹਮੇਸ਼ਾ ਮਨੁੱਖਤਾ ਦੇ ਭਲੇ ਦੀ, ਸਰਬਤ ਦੀ ਆਸ ਰੱਖਦੇ ਹਾਂ ਕਿ ਸਾਰਿਆਂ ਦਾ ਸਾਰੇ ਕਾਰਜ ਸੰਪੂਰਨ ਹੋਣ। ਜਦੋਂ ਫਿਲਮ ਜਗਤ ਦੇ ਵਿੱਚ ਸਪੈਸ਼ਲੀ ਜਦੋਂ ਅਸੀਂ ਪੰਜਾਬੀ ਪ੍ਰਵਾਸੀ ਹੁੰਦੇ ਹਾਂ ਅਤੇ ਕੋਈ ਇਸ ਤਰ੍ਹਾਂ ਦਾ ਕੌਨਸੈਪਟ ਆਉਂਦਾ ਜਿਹਦੇ ਵਿੱਚ ਸਰਬਤ ਦੇ ਭਲੇ ਦੀ ਗੱਲ ਹੋਵੇ, ਮਨੁੱਖਤਾ ਦੀ ਗੱਲ ਹੋਵੇ, ਸਾਨੂੰ ਬੜਾ ਚੰਗਾ ਲੱਗਦਾ ਹੈ। ਅਤੇ ਸਾਨੂੰ ਇੱਦਾਂ ਲੱਗਦਾ ਹੈ ਕਿ ਜਿਹੜੇ ਮੂਵੀ ਮੇਕਰਸ ਇੱਦਾਂ ਦੇ ਕੰਮ ਕਰਨ ਲੱਗੇ ਨੇ ਉਹਨਾਂ ਨੂੰ ਪੂਰਾ ਥਾਪੜਾ ਦੇਣਾ ਬਣਦਾ ਹੈ ਅਤੇ ਹੁੰਗਾਰਾ ਵੀ ਦੇਣਾ ਬਣਦਾ ਹੈ। ਉਸੇ ਹੀ ਹੁੰਗਾਰੇ ਦੇ ਅੰਤਰਗਤ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਅਤੇ ਸਾਡੇ ਨਾਲ ਅਰਦਾਸ ਸਰਬਤ ਦੇ ਭਲੇ ਦੀ ਦੀ ਸਟਾਰ ਕਾਸਟ ਮੌਜੂਦ ਹੈ, ਗੁਰਪ੍ਰੀਤ ਘੁੱਗੀ ਜੀ ਔਰ ਗਿੱਪੀ ਗਰੇਵਾਲ ਜੀ। ਆਓ ਇਹਨਾਂ ਨਾਲ ਵਿਚਾਰ ਤੰਦਰਾ ਕਰਦੇ ਹਾਂ। ਬਹੁਤ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸਾਨੂੰ ਬਹੁਤ ਅੱਛਾ ਲੱਗਾ ਕਿ ਤੁਸੀਂ ਇਹਦਾ ਫਰੈਂਚਾਈਜ਼ ਅੱਗੇ ਲੈ ਕੇ ਜਾ ਰਹੇ ਹੋ, ਕਿਉਂਕਿ ਫਰੈਂਚਾਈਜ਼ ਖਤਮ ਹੋ ਜਾਂਦੇ ਕਈ ਵਾਰੀ ਕਿਉਂਕਿ ਸੋਸ਼ਲ ਆਸਪੈਕਟਸ ਨੇ ਜੀ, ਔਰ ਅੱਛਾ ਲੱਗ ਰਿਹਾ ਕਿ ਤੁਸੀਂ ਇਦਾਂ ਦੇ ਕੰਮ ਕਰ ਰਹੇ ਹੋ। ਥੈਂਕ ਯੂ ਜੀ। ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਤੁਸੀਂ ਜਿੱਦਾਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਤੁਹਾਨੂੰ ਲੱਗਾ ਕਿ ਯੂ ਨੀਡ ਐਕਸਪੋਜਰ ਇਨ ਦੀ ਪੰਜਾਬੀ ਇੰਡਸਟਰੀ, ਤੇ ਤੁਹਾਨੂੰ ਮਿਲਿਆ ਵੀ ਤੁਸੀਂ ਵੱਡੇ ਸਟਾਰਡਮ ਤੱਕ ਪਹੁੰਚੇ, ਤੇ ਤੁਹਾਨੂੰ ਅਚਾਨਕ ਅਰਦਾਸ ਵਰਗੇ ਕਨਸੈਪਟ ਦਾ ਖਿਆਲ ਕਿਵੇਂ ਆਇਆ ਸੀ? ਐਕਚੁਅਲੀ ਕਈ ਸਬਜੈਕਟ ਇਦਾਂ ਹੀ ਹੁੰਦੇ ਆ ਜੀ ਕਿ ਮੈਂ ਵੈਸੇ ਅੱਗੇ ਵੀ ਇੱਕ ਦੋ ਵਾਰੀ ਗੱਲ ਇਹ ਕਹੀ ਹੈ ਜੀ ਕਿ ਕਈ ਫਿਲਮਾਂ ਇਦਾਂ ਦੀਆਂ ਹੁੰਦੀਆਂ ਤੁਸੀਂ ਬਣਾਉਂਦੇ ਨੀਗੇ, ਉਹ ਬਣ ਜਾਂਦੀਆਂ ਨੇ ਜੀ। ਵਾਹਿਗੁਰੂ ਮਿਹਰ ਕਰਦਾ, ਸਾਡੀ ਕਿਸਮਤ ਚੰਗੀ ਸੀ ਕਿ ਸਾਡੀ ਝੋਲੀ ਇਹ ਸਬਜੈਕਟ ਆ ਗਿਆ। ਪਤਾ ਨਹੀਂ ਕਿਵੇਂ ਦਿਮਾਗ 'ਚ ਆਇਆ, ਕਿਵੇਂ ਚੀਜ਼ਾਂ ਘੁੰਮਦੀਆਂ ਆਈਆਂ, ਜਦਕਿ ਇਹ ਸਬਜੈਕਟ ਮੈਂ ਕਈ ਰਾਈਟਰਾਂ ਨੂੰ, ਕਈ ਡਾਇਰੈਕਟਰਾਂ ਨੂੰ ਕਿਹਾ ਤੁਸੀਂ ਲਿਖ ਲਓ, ਤੁਸੀਂ ਬਣਾ ਲਓ, ਤੁਸੀਂ ਡਾਇਰੈਕਟ ਕਰੋ, ਸਾਰਿਆਂ ਨੇ ਨਾ ਕਰਤੀ। ਸ਼ਾਇਦ ਬਾਬੇ ਨੇ ਮੇਰੀ ਝੋਲੀ 'ਚ ਪਾਉਣਾ ਸੀਗਾ, ਅਤੇ ਕੁਦਰਤੀ ਚੀਜ਼ਾਂ ਹੁੰਦੀਆਂ ਹੁੰਦੀਆਂ ਸਾਰੀਆਂ ਹੋ ਗਈਆਂ। ਉਸ ਤੋਂ ਬਾਅਦ ਫਿਰ ਦੂਸਰੀ ਫਿਲਮ ਵੇਲੇ ਮੈਂ ਪੂਰਾ
ਅਸੀਂ ਕੀਤਾ ਕਿ ਯਾਰ ਨਹੀਂ ਆਪਾਂ ਆਪਣੀ ਇਸ ਫਿਲਮ ਨੂੰ ਬਹੁਤ ਪਿਆਰ ਮਿਲਿਆ, ਸਾਨੂੰ ਬਹੁਤ ਰਿਸਪੈਕਟ ਦਵਾਈ ਹੈ ਇਸ ਫਿਲਮ ਨੇ, ਔਰ ਅਸੀਂ ਇੱਕ ਵਧੀਆ ਸਬਜੈਕਟ ਬਣਾਇਆ ਸੀ, ਨੈਕਸਟ ਟਾਈਮ ਹੋਰ ਵੀ ਵਧੀਆ ਬਣਾਉਣ ਦੀ ਕੋਸ਼ਿਸ਼ ਕਰੀਏ। ਸੋ ਕੀਤਾ, ਸੋ ਹੁਣ ਉਵੇਂ ਹੀ ਤੀਜਾ ਭਾਗ ਲੈ ਕੇ ਅਰਦਾਸ ਸਰਬੱਤ ਦੇ ਭਲੇ ਦੀ ਹਾਜ਼ਰ ਹੋਏ ਹਾਂ, ਅਤੇ ਇਹਦੇ ਲਈ ਬਹੁਤ ਮਿਹਨਤ ਕੀਤੀ ਆ, ਕਿਉਂਕਿ 19 'ਚ ਆਈ ਸੀਗੀ ਦੂਜੀ ਫਿਲਮ, ਪਹਿਲੀ 16 'ਚ ਸੀ, ਫਿਰ 19 ਸੀ, ਫਿਰ ਹੁਣ ਬਹੁਤ ਟਾਈਮ ਲੱਗ ਗਿਆ, ਹੁਣ 24 'ਚ ਆ ਰਹੇ ਹਾਂ, ਅਤੇ ਬਟ ਦਰੁਸਤ ਤਰੀਕੇ ਨਾਲ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਇਹ ਫਿਲਮ ਕਿਸੇ ਵੀ ਆਪਾਂ ਕੱਚੀ ਨਹੀਂ ਬਣਾ ਸਕਦੇ ਹੈਗੇ, ਕੋਈ ਇਹ ਨਹੀਂ ਕਹਿ ਸਕਦੇ ਹੈਗੇ ਕਿ ਯਾਰ ਚਲੋ ਇੱਦਾਂ ਦੀ ਬਣਾ ਲਓ ਐਂ ਹੋ ਜੂਗਾ ਠੀਕ ਹੈ ਆਹ ਵੀ ਵਧੀਆ ਹੀ ਹੈ, ਨਹੀਂ ਹਰ ਚੀਜ਼ ਪਰਫੈਕਟ ਚਾਹੀਦੀ ਸੀ। ਸੋ ਤਾਂ ਵਕਤ ਲੱਗਿਆ ਇਸ ਵਾਰ। ਜਿਸ ਤਰ੍ਹਾਂ ਤੁਸੀਂ ਆਖਿਆ ਕਿ ਤੁਹਾਡੀ ਝੋਲੀ 'ਚ ਪੈਣਾ ਸੀ ਕੰਸੈਪਟ, ਅਤੇ ਤੁਹਾਨੂੰ ਲੱਗਦਾ ਕਿ ਪੰਜਾਬੀ ਸਿਨੇਮਾ ਜਿਸ ਪਾਸੇ ਵਾਲੀ ਜਾ ਰਿਹਾ, ਤੁਸੀਂ ਸਾਰੇ ਕਈ ਪ੍ਰੋਜੈਕਟਸ ਦਾ ਹਿੱਸਾ ਹੁੰਦੇ ਆ, ਪੰਜਾਬੀ ਸਿਨੇਮਾ ਦੇ ਵਿੱਚ ਸਿੱਖਣ ਨੂੰ ਘੱਟ ਮਿਲ ਰਿਹਾ, ਇੱਕ ਮੂਵੀ ਬਣਦੀ ਇੱਕ ਜੋਨਰ ਦੀ ਫਿਰ ਉਹਦੇ ਪਿੱਛੇ ਪਿੱਛੇ ਪਿੱਛੇ, ਪਰ ਇਹ ਮੂਵੀ ਤੋਂ ਬਾਅਦ ਇਹਦੇ ਪਿੱਛੇ ਕੋਈ ਲਾਈਨ ਨਹੀਂ ਲੱਗੀ? ਨਹੀਂ ਲੱਗੀਆਂ ਜੀ, ਲੱਗੀਆਂ। ਐਕਚੁਅਲੀ ਕੀ ਆ ਕਿ ਕਈ ਫਿਲਮਾਂ ਵੱਡੀਆਂ ਹੋ ਜਾਂਦੀਆਂ, ਕਈ ਕੁਛ ਘੱਟ ਚੱਲਦੀਆਂ, ਕਈ ਵੱਧ ਚੱਲਦੀਆਂ, ਇਹ ਨਹੀਂ ਹੈ ਕਿ ਸਬਜੈਕਟ ਨਹੀਂ ਬਣਦੇ ਹੈਗੇ, ਹੋਰ ਵੀ ਬੜੇ ਤਰੀਕੇ ਦੇ ਜੋਨਰ ਨੇ ਜਿਹੜੇ ਆਪਣੇ ਘੱਟ ਬਣਦੇ ਨੇ, ਜਿਵੇਂ ਅਸੀਂ ਇੱਕ ਪਿੱਛੇ ਐਕਸ਼ਨ ਫਿਲਮ ਬਣਾਈ ਵਾਰਨਿੰਗ, ਉਹ ਜਿਹੀਆਂ ਫਿਲਮਾਂ ਹਲੇ ਘੱਟ ਬਣਦੀਆਂ ਨੇ, ਠੀਕ ਹੈ ਜੀ, ਹੋਰਰ ਫਿਲਮਾਂ ਘੱਟ ਬਣਦੀਆਂ ਨੇ, ਹੋਰ ਬਹੁਤ ਫਿਲਮਾਂ ਘੱਟ, ਇਹ ਇੱਕ ਆਪਾਂ ਕਹਿ ਸਕਦੇ ਹਾਂ ਕਿ ਮੋਟੀਵੇਸ਼ਨਲ, ਸੋਸ਼ਲ, ਚਾਹੇ ਰਿਲੀਜੀਅਸ ਕਹਿ ਲਓ, ਇਸ ਤਰ੍ਹਾਂ ਦੇ ਸਬਜੈਕਟ ਘੱਟ ਬਣੇ ਨੇ, ਹੈ ਨਾ, ਬਟ ਇਹ ਨਹੀਂ ਹੈ ਕਿ ਬਣ ਨਹੀਂ ਰਹੀਆਂ ਹੈਗੀਆਂ। ਅਸੀਂ ਉਹ ਸਾਡੀ ਉਹ ਦੇਖਿਆ ਜਾਵੇ ਤਾਂ ਇਹ ਤੀਸਰੀ ਫਿਲਮ ਹੈ ਇਸ ਫਰੈਂਚਾਈਜ਼ੀ ਦੀ, ਹੈ ਨਾ, ਅਸੀਂ ਬਣਾਈਆਂ, ਹੋਰ ਵੀ ਬੜੇ ਜੇ ਇਸ ਤਰ੍ਹਾਂ ਦੇ ਸਬਜੈਕਟ ਨਹੀਂ, ਵਧੀਆ ਸਬਜੈਕਟ ਬੜੇ ਬਣੇ ਨੇ, ਹੈ ਨਾ। ਭਾਜੀ ਹੋਰਾਂ ਨੇ ਪਿੱਛੇ ਫਿਲਮ ਮਸਤਾਨੇ ਕੀਤੀ ਸੀ, ਠੀਕ ਹੈ, ਉਹ ਵੀ ਇੱਕ ਅਲੱਗ ਵਿਸ਼ਾ ਸੀਗਾ, ਸੋ ਅਸੀਂ ਵੀ ਅੱਗੇ ਹੋਰ ਫਿਲਮਾਂ ਬਣਾ ਰਹੇ ਹਾਂ, ਸਾਡੀ ਸਿੱਖ ਹਿਸਟਰੀ ਦੇ ਉੱਤੇ ਬਹੁਤ ਫਿਲਮਾਂ ਬਣ ਸਕਦੀਆਂ ਨੇ, ਅਸੀਂ ਅੱਗੇ ਇੱਕ ਦੋ ਫਿਲਮਾਂ ਹੋਰ ਅਟੈਂਪਟ ਕਰ ਵੀ ਰਹੇ ਹਾਂ, ਭਾਜੀ ਹੋਰੀ ਇੱਕ ਦੋ ਹੋਰ ਵੀ ਬਣਾ ਰਹੇ ਨੇ। ਸੋ ਕਈ ਵਾਰੀ ਕੀ ਹੁੰਦਾ ਕਿ ਪਹਿਲਾਂ ਫਿਲਮਾਂ ਦਾ ਜਿਹੜਾ ਬਿਜ਼ਨਸ ਸੀਗਾ, ਬਾਕਸ ਆਫਿਸ ਸੀ, ਉਹ ਬਹੁਤ ਘੱਟ ਸੀਗਾ, ਸਾਨੂੰ ਪਤਾ ਨਹੀਂ ਸੀਗਾ ਕਿ ਕਿੰਨੀ ਰਿਕਵਰੀ ਹੈ, ਕਿਉਂਕਿ ਇੱਦਾਂ ਹੈ ਕਿ ਜਦੋਂ ਤੁਸੀਂ ਕੋਈ ਫਿਲਮ ਬਣਾਉਂਦੇ ਹੋ ਤਾਂ ਅੱਜ ਜੇ 100 ਰੁਪਇਆ ਲੱਗਦਾ ਹੈ ਤਾਂ ਸਾਨੂੰ ਇਹ ਨਹੀਂ ਗਿਆ ਕਿ ਉਹਦਾ 110 ਮੁੜੇ, ਸਾਨੂੰ ਕਹਿੰਦਾ ਵੀ ਜੇ 100 ਵੀ ਮੁੜਿਆ ਹੋਵੇ ਤਾਂ ਪ੍ਰੋਡਿਊਸਰ ਸੇਫ ਹੋ ਜਾਂਦਾ, ਉਹ ਅਗਲੀ ਵਾਰੀ ਫੇਰ ਬਣਾਉਣ ਜੋਗੀ ਹਿੰਮਤ ਕਰਦਾ, ਬਟ ਜੇ ਹਾਂ ਜੇ 100 ਦੇ 20 ਰਹਿ ਜਾਣ ਤਾਂ ਫਿਰ ਉਹ ਅੱਗੇ ਤੱਕ ਕੁਛ ਵੀ ਬਣਾਉਣ ਜੋਗਾ ਨਹੀਂ ਰਹਿੰਦਾ ਹੈਗਾ, ਹਨਾ, ਸਾਰਾ ਲੋਸ ਹੋ ਗਿਆ। ਸੋ ਉਸ ਕਰਕੇ ਕਈ ਵਾਰ ਹੁਣ ਲੋਕੀ ਚੰਗੇ ਸਬਜੈਕਟਾਂ ਨੂੰ ਦੇਖਣ ਲੱਗੇ ਨੇ, ਹੁਣ ਲੋਕੀ ਸਿਨੇਮੇ ਨੂੰ ਸਿਨੇਮੇ ਵਾਂਗੂ ਦੇਖਦੇ ਆ ਕਿ ਯਾਰ ਜਿਹੜਾ ਸਬਜੈਕਟ ਵਧੀਆ ਅਸੀਂ ਦੇਖਣ ਜਾਵਾਂਗੇ, ਤੇ ਮੈਨੂੰ ਲੱਗਦਾ ਕਿ ਇਸ ਫਿਲਮ ਤੋਂ ਬਾਅਦ, ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਤੋਂ ਬਾਅਦ, ਤਾਂ ਉਹ ਦਰਵਾਜ਼ੇ ਪੂਰੀ ਤਰ੍ਹਾਂ ਖੁੱਲ੍ਹ ਜਾਣੇ ਚਾਹੀਦੇ ਨੇ ਜੀ। ਭਾਜੀ ਜਦੋਂ ਮੂਵੀ ਤੁਸੀਂ ਲਿਖਦੇ ਹੋ, ਤੁਸੀਂ ਲਿਖ ਵੀ ਰਹੇ ਹੋ ਅਰਦਾਸ ਸਾਰੇ, ਸਰੋਤ ਕੀ ਹੈ ਤੁਹਾਡੀ ਰਿਸਰਚ ਦਾ, ਜੋ ਤੁਹਾਡੇ ਮਨ ਦੇ ਵਿੱਚ ਫੁਰਨਾ ਆਉਂਦਾ ਹੈ ਕਿ ਤੁਸੀਂ ਰਿਸਰਚ ਕਰਦੇ ਆ, ਜਿਹੜਾ ਕਨਸੈਪਟ ਤੁਹਾਡੇ ਮਨ ਚ ਆਉਂਦਾ ਉਹਦੇ ਤੇ ਕੋਈ ਰਿਸਰਚ ਕਰਦੇ ਹੋ, ਕੋਈ ਕਿਤਾਬਾਂ ਪੜ੍ਹਦੇ ਹੋ, ਰੈਫਰੈਂਸ ਕਰਦੇ ਹੋ? ਨਹੀਂ ਐਕਚੁਅਲੀ ਮੈਂ ਬਿਲਕੁਲ ਨਹੀਂ ਕਰਦਾ ਜੀ, ਮੈਂ ਸੱਚੀ ਗੱਲ ਦੱਸਾਂ ਤਾਂ ਮੈਂ ਬਿਲਕੁਲ ਨਹੀਂ ਕਰਦਾ ਹੈਗਾ, ਮੇਰੀਆਂ ਮੈਨੂੰ ਕਿਤੇ ਕਿਤੇ ਇੱਦਾਂ ਲੱਗਦਾ ਹੁੰਦਾ, ਮੈਨੂੰ ਕਈ ਬੰਦੇ ਆ ਕੇ ਕਹਿ ਦਿੰਦੇ ਨੇ ਕਿ ਯਾਰ ਉਹ ਫਲਾਣੀ ਫਿਲਮ ਦੇਖੀ, ਉਹ ਫਿਲਮ ਵੀ ਬਹੁਤ ਵਧੀਆ, ਜਿਵੇਂ ਮੈਨੂੰ ਉਹਨਾਂ ਨੇ ਕਈ ਬੰਦਿਆਂ ਨੇ ਆ ਕੇ ਕਈ ਵਾਰੀ ਕਿਹਾ ਕਿ ਯਾਰ ਜਿਵੇਂ ਆਪਣੀ ਅਰਦਾਸ ਫਿਲਮ ਹੈ ਨਾ, ਇੱਕ ਫਲਾਣੀ ਫਿਲਮ ਆਈ ਆ ਇੰਗਲਿਸ਼ 'ਚ, ਤੁਸੀਂ ਉਹ ਦੇਖਿਓ, ਮੈਂ ਲਿਖ ਲੈਣਾ ਵੀ ਇਹ ਤਾਂ ਮੈਂ ਜਮਾਂ ਹੀ ਨਹੀਂ ਦੇਖਣੀ ਹੈਗੀ, ਕਿਉਂਕਿ ਕਈ ਵਾਰੀ ਤੁਸੀਂ ਇੰਸਪਾਇਰ ਹੋ ਜਾਂਦੇ ਹੋ ਉਸ ਚੀਜ਼ ਤੋਂ, ਤੁਹਾਡੇ ਦਿਮਾਗ 'ਚ ਥੋਟ ਆ ਜਾਂਦਾ, ਕਿਉਂਕਿ ਮੈਨੂੰ ਕੀ ਲੱਗਦਾ ਹੁੰਦਾ ਕਿ ਤੁਹਾਡਾ ਆਪਣਾ ਕੀ ਹੈ, ਨਵਾਂ ਕੀ ਹੈ। ਮੈਂ ਜੇ ਆਈਡੀਏ ਤੋਂ ਇੰਸਪਾਇਰ ਹੁੰਦਾ ਤਾਂ ਮੈਂ, ਘੋਗੀ ਭਾਈ ਨੇ ਮੈਨੂੰ ਕੋਈ ਗੱਲ ਸੁਣਾ ਦੀ ਵੀ ਸਾਡੇ ਪਿੰਡ ਨਾ ਸਾਡੇ ਚਾਚੇ ਕਿ ਉਹ ਫਲਾਣੇ ਦੇ ਆਏ ਸੀਗੇ, ਉਹਨਾਂ ਦੇ ਐਂ ਕਰਕੇ ਆਇਆ, ਮੈਨੂੰ ਉਹ ਬੜਾ ਵਧੀਆ ਲੱਗਦਾ, ਮੈਂ ਕਿਹਾ ਯਾਰ ਇਹ ਫਰੈਸ਼ ਹੈ, ਇਹ ਨਵਾਂ ਹੈ, ਇਹਨੂੰ ਹੁਣ ਮੈਂ ਇੰਨਾ ਹੀ ਸੁਣਿਆ, ਇਹਨੂੰ ਮੈਂ ਡਿਵੈਲਪ ਕਰੂੰ ਆਪਦੇ ਤਰੀਕੇ ਨਾਲ, ਇਹ ਮੇਰਾ ਹੋਊਗਾ, ਹੈ ਨਾ, ਕਿਉਂਕਿ ਮੈਂ ਉਹ ਨਹੀਂ ਕਰਨਾ ਚਾਹੁੰਦਾ। ਸੋ ਤਾਂ ਹੀ ਮੈਨੂੰ ਐਂ ਲੱਗਦਾ ਕਿ
ਆਪਾਂ ਕਿੰਨੀ ਵਾਰੀ ਕਹਾਣੀਆਂ ਸੁਣੀਆਂ ਸੀ, ਜੇ ਪਹਿਲੀ ਅਰਦਾਸ ਫਿਲਮ ਦੀ ਗੱਲ ਕਰੀਏ ਤਾਂ ਤੁਸੀਂ ਅਬੋਰਸ਼ਨ ਦੀਆਂ ਕਹਾਣੀਆਂ ਕਿੰਨੀਆਂ ਸੁਣੀਆਂ ਸੀਗੀਆਂ, ਹੈ ਨਾ, ਜੇ ਬਟ ਅਸੀਂ ਆਪਣੇ ਤਰੀਕੇ ਨਾਲ ਕਹੀ ਉਹ ਗੱਲ, ਠੀਕ ਹੈ। ਇਹਨਾਂ ਦੇ ਕਿਰਦਾਰ ਅਰਗੇ ਬੰਦੇ, ਇਸ ਤਰ੍ਹਾਂ ਦੇ ਕਿਰਦਾਰ ਗੁਰਮੁਖ ਸਿੰਘ ਅਰਗੇ ਹਰ ਪਿੰਡ ਦੇ ਵਿੱਚ ਹੁੰਦੇ ਨੇ, ਪਰ ਮੈਂ ਆਪਣੇ ਤਰੀਕੇ ਨਾਲ ਇਸ ਕਿਰਦਾਰ ਨੂੰ ਸੋਚਿਆ, ਉਵੇਂ ਬਣਾਇਆ। ਔਰ ਘੁੱਗੀ ਭਾਜੀ ਨੇ ਫਿਰ ਜਦੋਂ ਆਪਣੇ ਤਰੀਕੇ ਨਾਲ ਬਣਾਇਆ ਤਾਂ ਇਹ ਸਾਡਾ ਯੂਨੀਕ ਹੋ ਗਿਆ, ਹੈ ਨਾ, ਲੋਕਾਂ ਨੂੰ ਪਛਾਣ ਹੋ ਗਈ, ਮਤਲਬ ਇੰਨੀ ਆਈਡੈਂਟੀ ਹੋ ਗਈ। ਤੁਸੀਂ ਬਿਲੀਵ ਕਰਿਓ, ਮੇਰੇ ਇੱਕ ਦਿਨ ਲੈਪਟਾਪ ਦੇ ਵਿੱਚ ਇਸ ਫਿਲਮ ਦੀ ਫੋਟੋ ਸੀਗੀਆਂ, ਤੇ ਮੇਰੇ ਇੱਕ ਦੋਸਤ ਨੇ ਕੈਨੇਡਾ, ਅਸੀਂ ਉੱਥੇ ਬੈਠੇ ਤੇ ਮੈਂ ਉਹ ਕੱਢਦੇ ਕੱਢਦੇ ਉਹੀ ਅੱਗੇ ਫੋਟੋ ਆ ਗਈ, ਉਹਨੇ ਇਹ ਫੋਟੋ ਦੇਖੀ, ਕਹਿੰਦਾ ਇਹ ਤਾਂ ਐਂ ਲੱਗਦਾ ਜਿਵੇਂ ਨਵੀਂ ਅਰਦਾਸ ਦੀ ਫੋਟੋ ਹੁੰਦੀ ਆ ਫਿਲਮ ਦੀ, ਹੈ ਨਾ। ਉਹਨੇ ਭਾਜੀ ਦੇ ਕਿਰਦਾਰ ਤੋਂ ਹੀ ਪਛਾਣ ਲਿਆ ਵੀ ਇਹ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੀ ਫੋਟੋ ਲੱਗਦੀ ਆ, ਵੀ ਇਹ ਇਸ ਤਰੀਕੇ ਦਾ ਹੀ ਹੋ ਸਕਦਾ ਗੁਰਮੁਖ ਸਿੰਘ, ਹੈ ਨਾ, ਵੀ ਉਹ ਐਵੇਂ ਤੋਂ। ਸੋ ਉਹ ਇੱਕ ਜਿਹੜੀ ਚੀਜ਼ ਦਾ ਮੈਂ ਹਮੇਸ਼ਾ ਕਹਿੰਦਾ ਕਿ ਸਿਨੇਮੇ ਦੀ ਕੋਈ ਜ਼ੁਬਾਨ ਨਹੀਂ ਹੈ, ਬਿਲਕੁਲ, ਕਿਰਦਾਰ ਦੀ ਕੋਈ ਜ਼ੁਬਾਨ ਨਹੀਂ ਹੈ, ਕਿਰਦਾਰ ਖੜਾ ਹੀ ਇੱਕ ਕਿਰਦਾਰ ਹੈ, ਕਰੈਕਟਰ ਹੈ, ਤੁਹਾਨੂੰ ਸਮਝ ਆਉਣੀ ਚਾਹੀਦੀ ਹੈ ਕਿ ਕੀ ਕਹਿਣਾ ਚਾਹ ਰਿਹਾ, ਕਿੱਦਾਂ ਦਾ ਹੋਏਗਾ। ਸੋ ਚੀਜ਼ਾਂ ਫਿਰ ਮੈਂ ਆਪਣੇ ਹਿਸਾਬ ਨਾਲ ਹੀ ਲਿਖਦਾ ਜੀ। ਪਰ ਤੁਹਾਨੂੰ ਲੱਗਦਾ ਕਿ ਜੇ ਜਿਹੜਾ ਰਿਸਰਚ ਪਾਰਟ ਹੈ, ਜਿੱਦਾਂ ਗਿੱਪੀ ਜੀ ਨੇ ਐਕਸਪਲੇਨ ਕੀਤਾ, ਥੋੜ੍ਹਾ ਜਿਹਾ ਜਦੋਂ ਆਪਾਂ ਧਾਰਮਿਕ ਪਾਸੇ ਨੂੰ ਆਉਂਦੇ ਹਾਂ ਤੇ ਸਾਨੂੰ ਥੋੜ੍ਹਾ ਜਿਹਾ ਪਿੱਛੇ ਜਾ ਕੇ ਕਿਤੇ ਨਾ ਕਿਤੇ ਰੈਫਰੈਂਸਿਸ ਲੈਣੀਆਂ ਚਾਹੀਦੀਆਂ ਕਿ ਇਸ ਫਲੋ ਦੇ ਵਿੱਚ ਚੱਲਦੇ ਰਹਿਣਾ ਚਾਹੀਦਾ। ਨਹੀਂ, ਇਹ ਕੰਬੀਨੇਸ਼ਨ ਹੈ ਜੀ ਭੈਣ ਜੀ। ਦੇਖੋ ਜਿੱਦਾਂ ਕਿ ਵੀ ਉਹਨਾਂ ਦੱਸਿਆ ਕਿ ਇਹ ਜਿਹੜੀ ਗੱਲ ਕਹਿ ਰਹੇ ਨਾ, ਉਹਨੂੰ ਇੱਕ ਵਨ ਲਾਈਨ ਚ ਕਵਾਂ ਤੇ ਇਹ ਮੁਰੀਦ ਨੇ ਸਲਾਈਸ ਆਫ ਲਾਈਫ ਕਿ ਜ਼ਿੰਦਗੀ ਚੋਂ ਅੰਸ਼ ਚੁੱਕ ਕੇ ਲੋਕਾਂ ਦੀਆਂ ਕਹਾਣੀਆਂ, ਲੋਕਾਂ ਦੇ ਦੁੱਖ ਦਰਦ ਜਾਂ ਲੋਕਾਂ ਦੀਆਂ ਮਜਬੂਰੀਆਂ ਜਾਂ ਲੋਕਾਂ ਦੀਆਂ ਖੁਸ਼ੀਆਂ, ਇਕੱਲੇ ਦੁੱਖ ਦਰਦ ਨੇ, ਹਰ ਚੀਜ਼ ਨੂੰ ਇਨਕਾਰਪੋਰੇਟ ਕਰਨਾ ਇੱਕ ਪਲੇਟਫਾਰਮ ਤੇ ਲੈ ਕੇ ਆਣਾ। ਜਦੋਂ ਆਪਾਂ ਸਲਾਈਸ ਆਫ ਲਾਈਫ ਜਿਹਨੂੰ ਕਹਿੰਦੇ, ਬਿਲਕੁਲ ਲਾਈਫ ਚੋਂ ਨਿਕਲੀ ਚੀਜ਼, ਬਿਲਕੁਲ ਬਿਲਕੁਲ, ਉਹਦੇ ਵਿੱਚ ਇੰਪੋਰਟੈਂਟ ਕੀ ਹੈ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਰੈਫਰੈਂਸ, ਜਦੋਂ ਇਹ ਲਿਖ ਲੈਂਦੇ ਆ ਨਾ ਤੇ ਸਾਡੇ ਕੋਲ ਐਡਾ ਵੱਡਾ ਇੱਕ ਰੈਫਰੈਂਸ ਹੈ ਸਾਹਿਬ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਜੀ, ਬਿਲਕੁਲ ਬਿਲਕੁਲ, ਉਹਦੇ ਵਿੱਚੋਂ ਆਟੋਮੈਟਿਕਲੀ ਸਿਚੁਏਸ਼ਨ ਜਿਹੜੀ ਵੀ ਆਉਂਦੀ ਹੈ, ਹਾਂਜੀ, ਉਹ ਫਿਰ ਰੈਫਰੈਂਸ ਹੋ ਜਾਂਦਾ, ਉਹਦੇ ਵਿੱਚੋਂ ਮਾਈਂਡ 'ਚ ਰੈਫਰੈਂਸ ਆ ਜਾਂਦਾ ਕਿ ਇੱਥੇ ਤਾਂ ਗੱਲ ਮਹਾਰਾਜ ਨੇ ਕਹੀ, ਬਿਲਕੁਲ ਬਿਲਕੁਲ, ਗੁਰਬਾਣੀ 'ਚ ਇਹ ਚੀਜ਼ ਦਰਜ ਹੈ। ਕਈ ਵਾਰੀ ਕੋਈ ਐਕਸਪਾਇਰਡ ਰਾਏ ਵੀ ਲੈ ਲਈਦੀ ਹੈ ਕਿ ਆਹ ਸਿਚੁਏਸ਼ਨ ਹੈ ਇਹਦੇ ਵਿੱਚ। ਹੁਣ ਮੈਂ ਇੱਕ ਐਗਜ਼ਾਮਪਲ ਦੇਣਾ ਤੁਹਾਨੂੰ, ਇੱਕ ਚੀਜ਼ ਕਦੇ ਡਿਸਕਸ ਨਹੀਂ ਹੋਈ, ਮੈਂ ਨਾ ਮੰਚ ਤੋਂ ਕਦੇ ਉਹਨੂੰ ਸੁਣਿਆ ਹੈ, ਗੁਰੂ ਨਾਨਕ ਸਾਹਿਬ ਦੇ ਕਥਨ ਨੇ, ਪਰ ਉਹ ਕਦੇ ਵਿਚਾਰ ਹੀ ਨਹੀਂ। ਪਰ ਜਦੋਂ ਸਾਡੀ ਫਿਲਮ 'ਚ ਕੋਈ ਸਿਚੁਏਸ਼ਨ ਆਏਗੀ ਤੇ ਉਹ ਆ ਸਕਦੀ, ਬਿਲਕੁਲ ਬਿਲਕੁਲ, ਭਾਵੇਂ ਪੰਜਵੀਂ 'ਚ ਆਵੇ ਭਾਵੇਂ ਛੇਵੇਂ ਪਾਠ 'ਚ ਆਵੇ, ਬਸ ਕਰਾਂਗੇ ਉਹ ਕਦੋਂ ਕਰਾਂਗੇ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ, ਵੀ ਅਸੀਂ ਕਹਿੰਦੇ ਵੀ ਗੁਰੂ ਸਾਹਿਬ ਦੇ, ਅਸੀਂ ਰੋਜ਼ ਕਿੰਨੀਆਂ ਉਹਨਾਂ ਦੀਆਂ ਕੋਟਸ ਨੂੰ ਡਿਸਕਸ ਕਰਦੇ ਹਾਂ, ਪਰ ਮਹਾਰਾਜ ਨੇ ਇੱਕ ਬੜੀ ਪਿਆਰੀ ਗੱਲ ਕਹੀ ਜਿੱਥੇ ਕਈਆਂ ਤੋਂ ਟੁੱਕਦੀ ਹੈ, ਕਹਿੰਦੇ ਫਿੱਟ ਇਹ ਵਿਆ ਜੀਵਿਆ ਜਿੱਤ ਖਾਏ ਵਧਾਇਆ ਪੇਟ, ਖਾ ਖਾ ਕੇ ਮੋਟੇ ਹੀ ਹੋਈ ਗਏ ਬੈਠੇ ਤੁਸੀਂ, ਇਹੋ ਜਿਹੇ ਜੀਵਨ ਦਾ ਵੀ ਫਿੱਟ ਲਾਂਦੀ ਹੈ ਨਾ। ਪਰ ਅੱਜ ਤੱਕ ਕਦੇ ਤੁਸੀਂ ਸੁਣੀ ਮੰਚ ਤੋਂ, ਕਦੇ ਕਿਸੇ ਦਰਬਾਰ ਦੀਵਾਨ ਚ ਗੱਲਾਂ ਡਿਸਕਸ ਨਹੀਂ ਹੁੰਦੀਆਂ, ਪਰ ਜਦੋਂ ਸਾਨੂੰ ਕਿਤੇ ਉਹ ਸਿਚੁਏਸ਼ਨ ਆਏਗੀ, ਚੌਥੀ ਜਾਂਦੀ ਹੈ, ਪੰਜਵੀਂ ਜਾਂਦੀ, ਛੇਵੀਂ ਜਾਵੇ, ਉਹ ਸਿਚੁਏਸ਼ਨ ਕਹੇਗੀ ਕਿ ਇੱਥੇ ਮਹਾਰਾਜ ਨੇ ਆ ਕਿਹਾ ਹੋਇਆ ਗੱਲ, ਇੱਥੇ ਆਪਾਂ ਬਿਲਕੁਲ ਬਿਲਕੁਲ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹੀਦੀ। ਬਿਲਕੁਲ ਭਾਜੀ, ਬਿਲਕੁਲ, ਔਰ ਪ੍ਰਚਾਰਕ ਢਾਂਚਾ ਜਿਹੜਾ ਹੈਗਾ ਨਾ, ਜਦੋਂ ਫਿਰ ਜਾਏ ਨਾ, ਤੇ ਫਿਲਮਾਂ ਇੱਕ ਵੱਡਾ ਮਾਧਿਅਮ ਹੈ, ਮਤਲਬ ਗਿੱਪੀ ਹੋਰਾਂ ਦੀ ਜਿਹੜੀ ਆਪਣੀ ਲਾਈਫ ਦੀ ਟ੍ਰਾਂਸਫਰਮੇਸ਼ਨ ਵੀ ਹੈ ਉਹ ਬੋਲਦੀ ਹੈ ਜੀ। ਮਤਲਬ ਤੁਹਾਨੂੰ ਜਦੋਂ ਅਸੀਂ, ਮੈਂ ਸੁਣਿਆ ਨੀ ਤੁਹਾਡਾ ਉਹ ਗੀਤ, ਪਰ ਤੁਸੀਂ ਬਹੁਤ ਪਾਪੂਲਰ ਹੋਏ ਸੀ ਅੰਗਰੇਜ਼ੀ ਬੀਟ ਵਾਲਾ, ਉੱਥੋਂ ਲੈ ਕੇ ਅਰਦਾਸ ਜੋ ਤੁਸੀਂ ਪਹਿਲੀ ਬਣਾਈ ਸੀ, ਇਹ ਇੱਕ ਜਰਨੀ ਸੀ, ਇੱਕ ਬੜੀ ਜ਼ਬਰਦਸਤ ਜਰਨੀ ਸੀਗੀ, ਜਿਹੜੀ ਕਿ ਮਤਲਬ ਜਿਹੜੇ ਤੁਹਾਨੂੰ ਮਿਲੇ ਨਹੀਂ ਮਿਲੇ, ਤਾੜੀਆਂ ਸਾਰਿਆਂ ਨੇ ਮਾਰੀਆਂ ਜਿਹੜੇ ਸਿਨੇਮਾ ਵੇਖਦੇ, ਕਿਉਂਕਿ ਤੁਸੀਂ ਇਹ ਕੰਮ ਕੀਤਾ ਔਰ ਫਿਰ ਤੁਸੀਂ ਇਹਨੂੰ ਫਰੈਂਚਾਈਜ਼ੀ ਵੀ ਬਣਾਇਆ, ਵਧੀਆ ਕੰਮ ਹੈ, ਬਹੁਤ ਵਧੀਆ ਗੱਲ ਹੈ।
ਜਿੱਦਾਂ ਤੁਸੀਂ ਕੋਨਸੈਪਟ ਦੀ ਗੱਲ ਕੀਤੀ ਭਾਜੀ, ਤੁਹਾਨੂੰ ਲੱਗਦਾ ਹੈ ਸਮੇਂ ਜਿੱਦਾਂ ਦਾ ਸਮਾਂ ਚੱਲ ਰਿਹਾ ਮੋਟੀਵੇਸ਼ਨਲ ਕੰਟੈਂਟ ਦੀ ਲੋੜ ਹੈਗੀ ਹੈ ਜਿੱਦਾਂ ਸਮਾਜ ਆਇਆ ਸੀ ਨਾ ਭੈਣ? ਹਾਂ ਦੇਖੋ, ਉਦੋਂ ਹੀ ਵੈਕਸੀਨੇਸ਼ਨ ਦੀ ਲੋੜ ਪਈ ਸੀ ਨਾ, ਦੇਖੋ ਤੇ ਹੁਣ ਸਮਾਜ ਵਿੱਚ ਇੱਕ ਬਹੁਤ ਇੱਕ ਕਰੋਨਾ ਚੱਲ ਰਿਹਾ, ਚੱਲ ਰਿਹਾ, ਉਹਨੂੰ ਇਸ ਤਰ੍ਹਾਂ ਦੀਆਂ ਮੂਵੀਜ਼ ਦੀ ਵੈਕਸੀਨੇਸ਼ਨ ਦੀ ਲੋੜ ਹੈ, ਬਹੁਤ ਜ਼ਿਆਦਾ ਲੋੜ। ਨਹੀਂ ਨਹੀਂ ਬਿਲਕੁਲ ਲੋੜ ਹੈ। ਔਰ ਜਿਹੜਾ ਏ ਬੀ ਦਾਤ ਤੇਰੀ ਦਾਤਾਰ ਵਾਲਾ ਮੈਂ ਤੁਹਾਡੇ ਉਹਦੇ 'ਚ ਟ੍ਰੇਲਰ 'ਚ ਦੇਖਿਆ, ਬੜਾ ਬੜੇ ਸਿੰਪਲ ਤੇ ਸਟਲ ਵੇ ਦੇ ਨਾਲ ਉਹਨੂੰ ਐਕਸਪਲੇਨ ਕੀਤਾ ਹੈ ਕਿ ਪੂਰੀ ਤੁੱਕ ਕੀ ਆ ਤੇ ਉਹਨੂੰ ਕਿੱਦਾਂ ਇੰਪਲੀਮੈਂਟ ਕੀਤਾ ਜਾਂਦਾ। ਬਿਲਕੁਲ, ਮੈਂ ਆਪਣੀ ਕੋਠੀ ਦੇ ਬਾਹਰ ਤਾਂ ਬੜੇ ਟੌਰ ਨਾਲ ਲਿਖਾ ਦਿੰਦਾ ਪਿੱਤਲ ਦੇ ਲਫ਼ਜ਼ਾਂ 'ਚ, ਪਿੱਤਲ ਦਾ ਬਣਵਾ ਕੇ ਲਿਆਉਂਦਾ ਬਰਾਸ ਦਾ, ਉਹ ਇਹੀ ਦੱਸਿਆ ਨਾ ਵੀ ਕਿੱਦਾਂ ਇੱਕੋ ਭਾਅ ਵੀ ਵੱਖਰਾ। ਉਹ ਤਾਂ ਗੱਡੀ ਹੈ ਮੇਰਾ, ਕਰੋੜ ਰੁਪਏ ਦਾ, 2 ਕਰੋੜ 4 ਕਰੋੜ 6 ਕਰੋੜ 10 ਕਰੋੜ ਦਾ ਘਰ ਹੈ, ਉਹ ਤਾਂ ਉਹਦੀ ਦਾਤ ਹੈ ਹੀ ਹੈ। ਬਿਲਕੁਲ, ਗੱਡੀ ਮੇਰੇ ਕੋਲ 1 ਕਰੋੜ 1.5 ਕਰੋੜ ਦੀ, ਉਹ ਤਾਂ ਉਹਦੀ ਦਾਤ ਹੈ ਹੀ ਹੈ। ਪਰ ਮਹਾਰਾਜ ਨੇ ਕਿੰਨੀ ਉਹ ਕੀਮਤੀ ਗੱਲ ਸਾਨੂੰ ਦੱਸੀ ਹੈ ਵੀ ਕੇਤਿਆ ਦੁੱਖ ਭੁੱਖ ਸਦ ਮਾਰ, ਇਹ ਵੀ ਦਾਤ ਤੇਰੀ ਦਾਤਾ, ਕੋਈ ਗੱਲ ਨਹੀਂ ਵੀ ਤੇਰੀਆਂ ਦਾਤਾਂ ਦੇ ਵਿੱਚੋਂ ਇੱਕ। ਬਿਲਕੁਲ ਠੀਕ ਹੈ ਨਾ ਜੀ, ਮੇਰੇ ਘਰ ਕੱਲੇ ਮੇਰੇ ਬੂਟੇ ਨੂੰ ਅੰਬ ਲੱਗਣੇ ਤੇ ਨਹੀਂ ਹੋ ਸਕਦਾ, ਉਹਨੂੰ ਪੱਤੇ ਵੀ ਲੱਗਣਗੇ, ਟਾਹਣੀਆਂ ਵੀ ਲੱਗਣਗੀਆਂ, ਉਹਦੇ ਤੇ ਪੰਛੀ ਪਰਿੰਦੇ ਵੀ ਆ ਕੇ ਬਹਿਣਗੇ, ਆਲਣਾ ਵੀ ਬਣੇਗਾ, ਉਹ ਥੱਲੇ ਘਾਹ ਕੱਖ ਵੀ ਡਿੱਗੇਗਾ, ਉਹ ਬਿੱਠਾ ਵੀ ਕਰਨਗੇ। ਕਮਰਸ਼ੀਅਲ ਸਿਨੇਮੇ ਦੀ ਵੀ ਲੋੜ ਹੈ, ਜਿਵੇਂ ਭਾਜੀ ਨੇ ਗੱਲ ਕੀਤੀ ਵੀ ਐਕਸ਼ਨ ਦੀ ਵੀ ਲੋੜ ਹੈ, ਡਰਾਮਾ ਵੀ ਚਾਹੀਦਾ ਕਿਉਂਕਿ ਐਂਟਰਟੇਨਮੈਂਟ ਚਾਹੀਦੀ ਹੈ। ਬਿਲਕੁਲ, ਵੈਨ ਦ ਕੰਬੀਨੇਸ਼ਨ ਕਮਸ ਇਨ ਦ ਸਿਨੇਮਾ ਇਟਸ ਆਲਵੇਸ ਅ ਵੈਲਕਮ ਸਟੈਪ। ਜਿਹੜੀ ਜ਼ਿੰਦਗੀ ਸਾਡੇ ਭਾਵਾਂ ਦਾ ਕੰਬੀਨੇਸ਼ਨ ਹੈ, ਹਾਂਜੀ, ਇੱਕ ਭਾਵ ਨਾਲ ਤਾਂ ਜ਼ਿੰਦਗੀ ਚੱਲ ਹੀ ਨਹੀਂ ਸਕਦੀ। ਬਿਲਕੁਲ ਨਹੀਂ, ਬਿਲਕੁਲ ਠੀਕ ਹੈ ਨਾ ਜੀ, ਬਿਲਕੁਲ ਇੱਕ ਭਾਵ ਸਦੀ ਵੀ ਸਾਡੇ ਅੰਦਰ ਰਹਿ ਹੀ ਨਹੀਂ ਸਕਦਾ, ਨਹੀਂ ਰਹਿ ਸਕਦਾ, ਇੱਕ ਰੰਗ ਆਉਂਦਾ ਦੂਜਾ ਜਾਂਦਾ, ਇਹ ਲਾਈਫ ਹੈ। ਕਹਿੰਦੇ ਨਾ ਵੀ ਲਾਈਫ 'ਚ ਐਕਸਾਈਟਮੈਂਟ ਨਹੀਂ ਮੁੱਕਣੀ ਚਾਹੀਦੀ। ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ, ਸਰਦਾ ਪੂਰੀ, ਬਿਲਕੁਲ ਬਿਲਕੁਲ। ਉਹਦੇ 'ਚ ਕਿੰਨੀ ਸੋਹਣੀ, ਮਤਲਬ ਅਸੀਂ ਪਿਛਲੀ ਪਹਿਲੀ ਫਿਲਮ 'ਚ ਸੀਗਾ ਜੀ ਜੀ, ਸਤਿਗੁਰ ਹੋਏ ਦਿਆਲ ਤਾਂ ਦੁੱਖਣਾ ਜਾਣੀ ਹੈ, ਸਤਿਗੁਰ ਹੋਏ ਦਿਆਲ ਹਰ ਰੰਗ ਮਾਹੀਆਂ ਦਾ, ਮਤਲਬ ਹਰ ਰੰਗ ਹੈਗਾ, ਤੇ ਤਾਂ ਹੀ ਮਹਾਰਾਜ ਨੇ ਮਾਨਣ ਦੀ ਗੱਲ ਕੀਤੀ। ਬੜੀ ਲੰਬੀ ਪੌੜੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਚੂਰੀਏ, ਹੈਨਾ, ਕਿਉਂਕਿ ਕਿੰਨੀ ਤਾੜਨਾ ਕੀਤੀ ਹੋਈ ਹੈ ਗੁਰਬਾਣੀ 'ਚ। ਤੁਸੀਂ ਬਹੁਤ ਵਧੀਆ ਕੋਨਸੈਪਟ ਲਿਆਂਦਾ ਵੀ ਗੁਰਬਾਣੀ ਬੇਅੰਤ ਪਈ ਹੈ, ਹਾਂਜੀ, ਮੈਂ ਸੁਣ ਰਹੀ ਸੀ ਤੇ ਗਿੱਪੀ ਜੀ ਕਹਿ ਰਹੇ ਸੀਗੇ ਕਿ ਜਿਵੇਂ ਤੁਸੀਂ ਵੀ ਕਹਿ ਰਹੇ ਹੋ ਕਿ ਇਹ ਮੈਨੂੰ ਇੱਦਾਂ ਲੱਗਦਾ ਹੈ ਕਿ ਅਸੀਂ ਜੋ ਪਾਉਣਾ ਸੀ ਜ਼ਿੰਦਗੀ 'ਚ ਪਾ ਲਿਆ, ਜੋ ਮਟੀਰੀਅਲਿਸਟਿਕ ਲਾਈਫ ਪਾ ਲਈ ਹੈ, ਦਿਸ ਇਜ਼ ਪੇ ਬੈਕ ਟਾਈਮ ਜੀ ਜੀ, ਹੈਨਾ, ਤੇ ਮੈਨੂੰ ਇੱਦਾਂ ਲੱਗਦਾ ਕਿ ਜੇ ਤੁਸੀਂ ਇਹ ਤਹੱਈਆ ਕਰ ਲਿਆ ਨਾ ਤੇ ਆਈ ਥਿੰਕ ਗੁਰਬਾਣੀ ਨੂੰ ਭੁੱਲਣ ਦਾ ਇੱਕ ਵਧੀਆ ਤਰੀਕਾ ਹੈਗਾ, ਔਰ ਤੁਹਾਨੂੰ ਦਸਤਾਰ ਵੀ ਬਹੁਤ ਜੱਚਦੀ ਆ, ਤੁਸੀਂ ਹੁਣ ਦਸਤਾਰ 'ਚ ਹੀ ਹੁੰਦੇ ਹੋ ਜੀ, ਇਹ ਵੀ ਇੱਕ ਟ੍ਰਾਂਸਫਰਮੇਸ਼ਨ ਹੈ ਜੀ ਜੀ, ਹੈਨਾ, ਔਰ ਵਧੀਆ ਕਿਉਂਕਿ ਦੇਖੋ ਤੁਹਾਨੂੰ ਲੋਕ ਦੇਖਦੇ ਆ, ਇੱਕ ਹੀਰੋ ਦਾ ਕਰੈਕਟਰ ਕਰ ਰਿਹਾ ਹੋਇਆ ਇਨਸਾਨ, ਜਾਂ ਇੱਕ ਕਿਸੇ ਦਾਨੀ ਬੰਦੇ ਦਾ, ਬੁੱਧੀਜੀਵੀ ਦਾ, ਜਿਵੇਂ ਗੁਰਪ੍ਰੀਤ ਜੀ ਨੂੰ ਕਰੈਕਟਰਸ ਦਿੱਤੇ ਜਾਂਦੇ, ਉਹਨਾਂ ਦੇ ਮੂੰਹੋਂ ਜਦੋਂ ਇਹ ਗੱਲਾਂ ਜਾਂਦੀਆਂ ਨਾ ਤੇ ਮੈਨੂੰ ਲੱਗਦਾ ਉਹ ਇੰਪੈਕਟ ਦਿੰਦੀਆਂ। ਬਿਲਕੁਲ ਜੀ, ਐਕਚੁਅਲੀ ਕੀ ਆ ਕਿ ਦੇਖੋ ਡਿਪੈਂਡ ਕਰਦਾ ਵਾ ਕਿ ਕੀ ਲਿਖਿਆ ਤੇ ਕਿਸ ਬੰਦੇ ਦੇ ਮੂੰਹ ਚੋਂ ਕੀ ਕਹਾਉਣਾ ਵਾ, ਹੈ ਨਾ, ਸੋ ਉਹ ਹਰ ਬੰਦੇ ਦੇ ਹਿਸਾਬ ਨਾਲ ਚੀਜ਼ ਲਿਖੀ ਜਾਂਦੀ ਹੈ, ਹਰ ਬੰਦੇ ਦੇ ਥੋਟ ਪ੍ਰੋਸੈਸ ਨੂੰ ਲਿਖੀ ਜਾਂਦੀ ਆ, ਸੋ ਇਹ ਨਹੀਂ ਹੈ ਕਿਉਂਕਿ ਮੇਰੀ ਫਿਲਮ ਦੇ ਵਿੱਚ ਪਿਛਲੀ ਜਿਹੜੀ ਸੀਗੀ ਅਰਦਾਸ ਕਰਾਂ, ਉਹਦੇ 'ਚ ਮੈਂ ਇੱਕ ਕਿਰਦਾਰ ਸਾਡੇ ਮੁਸਲਮਾਨ ਸੀ, ਇੱਕ ਕਿਰਦਾਰ ਸਾਡੇ ਪੰਡਿਤ ਜੀ ਸੀ,
ਇੱਕ ਕਿਰਦਾਰ ਸਾਡੇ ਸਰਦਾਰ ਸੀਗੇ, ਸੋ ਤਿੰਨਾਂ ਦੀ ਦੋਸਤੀ ਸੀ, ਤਿੰਨਾਂ ਦੀ ਇੱਕ ਜਰਨੀ ਸੀਗੀ, ਹੈ ਨਾ। ਸੋ ਮੈਨੂੰ ਹਮੇਸ਼ਾ ਇੱਦਾਂ ਹੁੰਦਾ ਵਾ ਕਿ ਜਦੋਂ ਤੁਸੀਂ ਫਿਲਮ ਬਣਾਉਂਦੇ ਹੋ, ਕੋਈ ਵੀ ਫਿਲਮ ਬਣਾਉਂਦੇ ਹੋ ਜਾਂ ਕੋਈ ਵੀ ਚੀਜ਼ ਬਣਾਉਂਦੇ ਹੋ, ਤਾਂ ਉਹਦੇ ਲਈ ਜਿਹੜਾ ਕਿਰਦਾਰ ਤੁਹਾਨੂੰ ਚਾਹੀਦਾ ਉਹਦੇ ਨਾਲ ਇਨਸਾਫ਼ ਹੋਣਾ ਚਾਹੀਦਾ। ਜਿਹੜਾ ਕਰੈਕਟਰ ਤੁਸੀਂ ਲਿਖੋ ਉਹਨੂੰ ਪੂਰਾ ਟਕਾ ਕੇ ਲਿਖੋ, ਇਹ ਨਾ ਹੋਵੇ ਕਿ ਯਾਰ ਤੁਸੀਂ ਜਿਉਂ ਅੱਜ ਮੈਂ ਘੁੱਗੀ ਭਾਅ ਜੀ ਨੂੰ ਇਸ ਤਰੀਕੇ ਦਾ ਕਿਰਦਾਰ ਦਿੰਦਾ ਵਾਂ, ਤਾਂ ਇਹ ਨਹੀਂ ਆ ਵੀ ਜੇ ਮੈਂ ਪ੍ਰਿੰਸ ਕਮਲ ਜੀ ਦੇ ਮੂੰਹੋਂ ਜਿਹੜੀਆਂ ਗੱਲਾਂ ਕਹਾਈਆਂ ਤਾਂ ਉਹ ਉਹਦੇ ਲਈ ਠੀਕ ਨਹੀਂ ਗੀਆਂ, ਹੈ ਨਾ। ਉਹ ਉਹਦੇ ਹਿਸਾਬ ਨਾਲ ਕਹਾਈਆਂ ਜਾਂਦੀਆਂ, ਕਿਉਂਕਿ ਫਿਲਮ ਮੇਕਿੰਗ ਇੱਕ ਅਲੱਗ ਚੀਜ਼ ਹੈ, ਹੈ ਨਾ। ਕਿਉਂਕਿ ਜੇ ਮੈਨੂੰ ਇੱਦਾਂ ਲੱਗਦਾ ਜਿਵੇਂ ਪਹਿਲਾਂ ਤੁਸੀਂ ਕਿਹਾ ਕਮਰਸ਼ੀਅਲ ਸਿਨੇਮੇ ਦੀ ਤੁਸੀਂ ਗੱਲ ਕੀਤੀ, ਦਿਸ ਇਜ਼ ਅ ਕਮਰਸ਼ੀਅਲ ਫਿਲਮ, ਇਟ ਇਜ਼, ਹੈ ਨਾ, ਇਹ ਫੁੱਲ ਕਮਰਸ਼ੀਅਲ ਫਿਲਮ ਹੈ ਜੀ। ਕਿਉਂਕਿ ਜੇ ਇਹ ਫਿਲਮ ਐਂਟਰਟੇਨ ਨਹੀਂ ਕਰੂਗੀ ਤਾਂ ਇਸ ਫਿਲਮ ਨੂੰ ਲੋਕੀ ਦੇਖਣਗੇ ਨਹੀਂ। ਇਹਦਾ ਕਮਰਸ਼ੀਅਲ ਐਂਗਲ ਪੈ ਜੀ ਕੱਢਦੇ ਹੋ ਕਿ ਦੁਬਾਰਾ ਉਹ ਕਿਉਂ ਬਣਾਉਣਗੇ ਤੇ ਕਿਉਂ ਇਹਨਾਂ ਵੱਲ ਦੇਖ ਕੇ ਕੋਈ ਹੋਰ ਕਿਉਂ ਬਣਾਏਗਾ। ਹਾਂ, ਕਮਰਸ਼ੀਅਲ ਐਂਗਲ ਬਹੁਤ ਜ਼ਰੂਰੀ। ਆਪਾਂ ਤੁਸੀਂ ਵੀ ਜੇ ਇੰਟਰਵਿਊ ਵੀ ਕਰਨਾ ਹੈ ਤੁਸੀਂ ਵੀ ਬੈਸਟ ਕੈਮਰੇ ਖਰੀਦੇ ਆ ਪਹਿਲਾਂ ਮਾਰਕੀਟ। ਹਾਂ ਠੀਕ ਹੈ, ਵੀ ਬੈਸਟ ਕੁਆਲਿਟੀ ਦਾ ਕਿਹੜਾ ਜਿਹੜਾ ਇੰਟਰਵਿਊ ਵਧੀਆ ਕੁਆਲਿਟੀ ਦੀ ਰਿਕਾਰਡ ਹੋਵੇ ਮਾਈਕਾਂ 'ਚ ਆਪਣੇ ਸਾਰੇ, ਸਟੂਡੀਓ ਦਾ ਪੈਸਾ ਖਰਚੋ, ਤੁਸੀਂ ਆਉਣ ਜਾਣ ਦੇ ਪੈਸਾ ਖਰਚੋ। ਸੋ ਕਮਰਸ਼ੀਅਲ ਜਿਹੜਾ ਐਂਗਲ ਹੈ ਉਹ ਹਰ ਚੀਜ਼ 'ਚ ਇਨਵੋਲਵ ਹੁੰਦਾ ਉਹਦੀ ਬਿਹਤਰੀ ਵਾਸਤੇ। ਬਿਲਕੁਲ ਬਿਲਕੁਲ, ਐਗਜੈਕਟਲੀ, ਔਰ ਹੋਣਾ ਵੀ ਚਾਹੀਦਾ। ਇਹੀ ਮੈਂ ਮੇਰਾ ਇਹੀ ਭਾਵ ਸੀ ਜਿਹੜਾ ਜੀ 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 ਕਿ ਕਮਰਸ਼ੀਅਲ ਐਂਗਲ ਤੋਂ ਜਦੋਂ ਇਸ ਤਰ੍ਹਾਂ ਦੀ ਮੋਟੀਵੇਸ਼ਨਲ ਮੂਵੀ ਬਣਦੀ ਹੈ ਜੀ, ਤੇ ਦੈਟ ਮੇਕਸ ਐਨ ਇੰਪੈਕਟ। ਉਹ ਇੱਕ ਪੀਰ ਤੇ ਦੋ ਨਿਸ਼ਾਨੇ, ਬਿਲਕੁਲ ਬਿਲਕੁਲ, ਦੋ ਕਾਜ ਕਰ ਦਿੰਦਾ। ਸੋ ਇਹ ਬਹੁਤ ਵਧੀਆ ਹੈ, ਤੁਸੀਂ ਇਦਾਂ ਦੇ ਕਨਸੈਪਟਸ ਲਿਆ ਰਹੇ ਹੋ। ਤੁਸੀਂ ਆਸਟ੍ਰੇਲੀਆ ਦੇ ਵਿੱਚ ਕੋਈ ਮੂਵੀ ਸ਼ੂਟ ਕਰਨ ਬਾਰੇ ਸੋਚ ਰਹੇ ਹੋ ਆਉਣ ਵਾਲੇ ਸਮੇਂ? ਬਿਲਕੁਲ ਸੋਚ ਰਹੇ ਹਾਂ ਜੀ, ਕਾਫੀ ਟਾਈਮ ਤੋਂ ਸਾਡੀ ਗੱਲ ਤਾਂ ਚੱਲ ਰਹੀ ਹੈ ਜੀ, ਤੇ ਹੋਪ ਸੋ ਜਲਦੀ ਕੁਛ ਨਾ ਕੁਛ ਪਲਾਨ ਆਊਟ ਕਰਾਂਗੇ। ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਚੀਜ਼ਾਂ ਅਸੀਂ ਕਰੀ ਜਾਂਦੇ ਹਾਂ ਵੀ ਕਰੀਏ ਕਰੀਏ, ਆਪਾਂ ਆਹ ਚੀਜ਼ ਥੋਟ ਲੈ ਕੇ ਆਈਏ, ਉੱਥੇ ਥੋਟ ਲੈ ਕੇ ਆਈਏ। ਬਾਕੀ ਮੇਰਾ ਥੋੜ੍ਹਾ ਜਿਹਾ ਇੱਦਾਂ ਦਾ ਵਾ, ਮੈਂ ਜਿਹੜੀਆਂ ਫਿਲਮਾਂ ਬਾਹਰ ਜਾ ਕੇ ਵੀ ਸ਼ੂਟ ਕੀਤੀਆਂ ਨੇ, ਜਿਵੇਂ ਪਿੱਛੇ ਕੈਰੀ ਔਨ ਜੱਟਾ ਸੀ ਜਾਂ ਹੋਰ ਇੱਕ ਦੋ ਫਿਲਮਾਂ ਸੀ, ਸੋ ਉਹਦੇ 'ਚ ਸੀਗਾ ਕਿ ਕਈ ਬੰਦਿਆਂ ਨੂੰ ਇਹ ਲੱਗਦਾ ਕਿ ਸ਼ਾਇਦ ਇਹ ਫਿਲਮਾਂ ਸਿਰਫ ਸਬਸਿਡੀ ਲਈ ਬਾਹਰ ਸ਼ੂਟ ਕੀਤੀਆਂ ਨੇ, ਤਾਂ ਉਹ ਬਿਲਕੁਲ ਇੱਦਾਂ ਦਾ ਵਿਸ਼ਾ ਨਹੀਂ ਹੈ। ਕਿਉਂਕਿ ਜੇ ਤੁਸੀਂ ਅਰਦਾਸ ਕਰਾਂ ਦੀ ਗੱਲ ਕਰੋ ਤਾਂ ਅਰਦਾਸ ਕਰਾਂ ਫਿਲਮ ਅਸੀਂ ਕੈਨੇਡਾ 'ਚ ਸ਼ੂਟ ਕੀਤੀ ਸੀ, ਤੇ ਜੇ ਮੈਂ ਸਿਰਫ ਸਬਸਿਡੀ ਲਈ ਕਰਨੀ ਹੁੰਦੀ ਤਾਂ ਮੈਂ ਉਹਨੂੰ ਯੂਕੇ 'ਚ ਸ਼ੂਟ ਕਰਦਾ। ਮੈਨੂੰ ਐ ਲੱਗਿਆ ਕਿ ਉਹ ਸਬਜੈਕਟ ਜ਼ਿਆਦਾ ਰੈਲੇਵੈਂਟ ਸੀਗਾ। ਕੈਨੇਡਾ 'ਚ ਸਬਸਿਡੀ ਸ਼ੁਰੂ ਹੋਈ ਹੈ, ਹਾਂ, ਹੁਣ ਅਸੀਂ ਇਹ ਕੈਨੇਡਾ 'ਚ ਸ਼ੂਟ ਕਰਦੇ ਹਾਂ ਨਾ, ਇਹ ਅਸੀਂ ਪੰਜਾਬ ਕੀਤੀ ਆ। ਸੋ ਮੈਨੂੰ ਕਈ ਵਾਰੀ ਇਹ ਲੱਗਦਾ ਹੁੰਦਾ ਕਿ ਸਬਸਿਡੀ ਲਈ ਜਾਂ ਉਸ ਚੀਜ਼ਾਂ ਦੇ ਲਈ ਜਦੋਂ ਕੀਤਾ ਜਾਂਦੇ ਉਹ ਇੱਕ ਪ੍ਰੋਜੈਕਟ ਹੁੰਦੇ ਨੇ। ਹਾਂ, ਜੇ ਕੋਈ ਮੈਨੂੰ ਫਿਲਮ ਬਹੁਤ ਵਧੀਆ ਮਿਲੇ ਕਿ ਯਾਰ, ਜਿਵੇਂ ਹੁਣ ਕਈ ਵਾਰੀ ਮੈਨੂੰ ਲੱਗਦਾ ਕਿ ਯਾਰ ਇੱਕ ਆਊਟ ਐਂਡ ਆਊਟ ਕਾਮੇਡੀ ਫਿਲਮ ਆ, ਇਹ ਬਾਹਰਲੇ ਕੰਟਰੀ ਦੀ ਫਿਲਮ ਆ, ਇਹ ਥੋਟ ਹੀ ਇੱਦਾਂ ਦਾ, ਇਹਨੂੰ ਚਾਹੇ ਆਸਟ੍ਰੇਲੀਆ 'ਚ ਸ਼ੂਟ ਕਰਾਂ ਚਾਹੇ ਯੂਕੇ 'ਚ ਸ਼ੂਟ ਕਰਾਂ, ਫਿਰ ਇਹੀ ਸੋਚਦੇ ਹਾਂ ਕਿ ਹਾਂ ਯਾਰ ਅਸੀਂ ਉੱਥੇ ਸ਼ੂਟ ਕਰ ਲੈਂਦੇ ਅਤੇ ਸਬਸਿਡੀ ਵੀ ਮਿਲ ਜੇ, ਇੱਕ ਰਿਕਵਰੀ ਦਾ ਪੈਟਰਨ ਹੋਰ ਵਧੀਆ ਹੋ ਜਾਂਦਾ। ਬਟ ਸਿਰਫ ਸਬਸਿਡੀ ਲਈ ਫਿਲਮ ਬਣਾਈ ਜਾਵੇ ਇਹ ਨਹੀਂ ਹੁੰਦਾ। ਸੋ ਹੁਣ ਕੀ ਆ ਕਿ ਹੁਣ ਇੱਥੇ ਸਾਡਾ ਕਈ ਵਾਰੀ ਵਰਕਿੰਗ ਹੋਈ ਆ, ਅਤੇ ਵੀ ਅਸੀਂ ਯਾਰ ਕੋਈ ਚੀਜ਼ ਸ਼ੂਟ ਕਰੀਏ ਸ਼ੂਟ ਕਰੀਏ, ਈਵਨ ਕਿ ਇੰਡੀਆ ਗੌਰਮੈਂਟ ਦੀ ਅਤੇ ਆਸਟ੍ਰੇਲੀਅਨ ਗੌਰਮੈਂਟ ਦੀ ਆਪਸ 'ਚ ਟ੍ਰੀਟੀ ਵੀ ਹੋਈ ਹੈ, ਅਤੇ ਫਿਰ ਉੱਥੇ ਗੱਲ ਆ ਜਾਂਦੀ ਆ ਵੀ ਇਕੱਲੇ ਸਬਸਿਡੀ ਲਈ ਨਹੀਂ ਆਪਾਂ ਕਰਨੀ। ਜਦੋਂ ਕੋਈ ਸਬਜੈਕਟ ਮਿਲੂਗਾ ਸਾਨੂੰ ਲੱਗੂਗਾ ਕਿ ਯਾਰ ਇਹ ਆਸਟ੍ਰੇਲੀਆ ਨਾਲ ਜਾ ਰਿਹਾ ਹੈ, ਇੱਥੇ ਕੀ ਮਾਹੌਲ ਹੈ, ਕਿਸ ਮਾਹੌਲ ਦੇ ਹਿਸਾਬ ਨਾਲ ਫਿਲਮ ਬਣਾਈ ਜਾਵੇ, ਉਹ ਆਪਾਂ ਆ ਕੇ ਉਰੇ ਸ਼ੂਟ ਕਰਾਂਗੇ। ਆਰ ਯੂ ਓਪਨ ਟੂ ਸਬਜੈਕਟਸ? ਕਿਉਂਕਿ ਸਾਡੇ ਕੋਲ ਆਸਟ੍ਰੇਲੀਆ ਦੇ ਵਿੱਚ ਲੋਕਲ ਬਹੁਤ ਸਾਰੇ ਰਾਈਟਰਸ ਹੈਗੇ ਹੈ ਜਿਨ੍ਹਾਂ ਨੇ ਆਸਟ੍ਰੇਲੀਅਨ ਲਾਈਫ ਨੂੰ ਬਹੁਤ ਕਲੋਜ਼ਲੀ ਬਲੈਂਡ ਕੀਤਾ ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚ। ਬਿਲਕੁਲ ਜੀ, ਦੇਖੋ ਕੀ ਹੈ ਕਿ ਅਪਰਚੁਨਿਟੀਜ਼ ਹੋ ਸਕਦੀ। ਐਕਚੁਅਲੀ ਕੀ ਹੈ ਜੀ, ਦੇਖੋ ਅਸੀਂ ਤਾਂ ਹਮੇਸ਼ਾ ਹੀ ਓਪਨ ਟੂ ਸਬਜੈਕਟ ਹੁੰਦੇ ਹਾਂ, ਵੀ ਆਰ ਆਲਵੇਜ਼ ਲੁਕਿੰਗ ਫਾਰ ਅ ਗੁੱਡ ਸਬਜੈਕਟ। ਸਬਜੈਕਟ ਦੀ ਗੱਲ ਪੈਂਦੀ ਉਹ ਤਾਂ ਭੂਟਾਨ ਤੋਂ ਵੀ ਆ ਗਿਆ ਨਾ ਕੋਈ। ਹਾਂ ਹਾਂ, ਭੂਟਾਨ 'ਚ ਬੜੀ ਵਧੀਆ ਘਟਨਾ ਹੋਈ ਸੀ ਜਾਂ ਸਬਜੈਕਟ ਹੈ,
ਨਹੀਂ ਭੂਟਾਨ ਚਲੇ ਜਾਣਾ ਬਿਲਕੁਲ ਆਰਟਿਸਟ ਨੇ ਤਾਂ ਚੰਗੀ ਚੀਜ਼ ਬਣਾਉਣੀ ਹੈ ਸੋ ਜਦੋਂ ਆਸਟ੍ਰੇਲੀਆ ਦਾ ਕੋਈ ਚੰਗਾ ਸਬਜੈਕਟ ਬਿਲਕੁਲ ਬਣ ਕੇ ਜ਼ਰੂਰ ਕੱਲ ਭਾਜੀ ਨੇ ਵੈਸੇ ਸਾਨੂੰ ਇੱਕ ਸਬਜੈਕਟ ਦਿੱਤਾ ਵਾ ਅਸੀਂ ਉਸ ਸਬਜੈਕਟ ਦੇ ਉੱਤੇ ਵਰਕਆਊਟ ਕੀਤਾ ਔਰ ਮੇਰੇ ਤਾਂ ਬਹੁਤ ਦਿਲ ਨੂੰ ਵੀ ਲੱਗਿਆ ਤੇ ਵਾਹਿਗੁਰੂ ਨੇ ਮਿਹਰ ਕਰੀ ਤਾਂ ਆਪਾਂ ਕੁਛ ਨਾ ਕੁਛ ਵਧੀਆ ਕਰਾਂਗੇ ਔਰ ਅਸੀਂ ਇੰਤਜ਼ਾਰ ਕਰਾਂਗੇ ਕਿ ਤੁਸੀਂ ਇੱਥੇ ਆ ਕੇ ਵੀ ਸ਼ੂਟਿੰਗ ਕਰੋ ਔਰ ਸਾਡੇ ਆਰਟਿਸਟ ਨੂੰ ਵੀ ਮੌਕਾ ਮਿਲੇ ਥੈਂਕ ਯੂ ਇਸ ਇੰਟਰਵਿਊ 'ਚ ਅਸੀਂ ਚਾਹੁੰਦੇ ਸੀ ਕਿ ਅਸੀਂ ਲੰਬਾ ਸਮਾਂ ਡਿਸਕਸ਼ਨ ਕਰੀਏ ਬਟ ਵਕਤ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਮੈਂ ਸੱਚੀ ਬਹੁਤ ਵਿਚਾਰ ਕਰਨਾ ਚਾਹੁੰਦੀ ਸੀ ਬਟ ਮੈਨੂੰ ਮੈਂ ਸਿਰਫ ਮੈਨੂੰ ਯਾਦ ਆ ਰਿਹਾ ਹੈ ਉਸਤਾਦ ਦਾਮਨ ਦੀਆਂ ਅਤੇ ਬਾਬਾ ਨਜ਼ਬੀ ਦੀਆਂ 17 ਸੀਗੀਆਂ ਮੈਂ ਚਾਹੁੰਦੀ ਸੀ ਮੈਂ ਕੋਟ ਕਰਾਂ ਬਟ ਮੈਂ ਉਹਨਾਂ 'ਚ ਹੁਣ ਇੱਕੋ ਹੀ ਕੋਟ ਕਰ ਸਕਦੀ ਹਾਂ ਕਹਿੰਦੇ ਨਾ ਉੱਧਰ ਉੱਧਰ ਕਰਾਂ ਸਲਾਮਾਂ ਦਿਲ ਦੀ ਦੁਨੀਆ ਕਹਿੰਦੀ ਏ ਜਿੱਧਰ ਜਿੱਧਰ ਜਾਂਦੇ ਮੇਰੇ ਬਾ ਕਿਰਦਾਰ ਪੰਜਾਬੀ ਨੇ ਕੰਡ ਕਦੇ ਨਾ ਲੱਗੇ ਰੱਬਾ ਵਿੱਚ ਮੈਦਾਨੇ ਉਹਨਾਂ ਦੇ ਜਿਹੜੇ ਮਾਂ ਬੋਲੀ ਦੇ ਖਿਦਮਤਕਾਰ ਪੰਜਾਬੀ ਸੋ ਇਹ ਬਾਬਾ ਨਜ਼ਮੀ ਨੇ 17 ਕਹੀਆਂ ਨੇ ਔਰ ਬਹੁਤ ਧੰਨਵਾਦ ਸਮਾਂ ਦੇਣ ਵਾਸਤੇ ਔਰ 13 ਸਤੰਬਰ ਨੂੰ ਮੂਵੀ ਆਉਣੀ ਹੈ ਬਿਲਕੁਲ ਜੀ ਵੇਖਾਂਗੇ ਤੁਸੀਂ ਚੈਨਲ ਦੇ ਉੱਤੇ ਸਾਡੇ ਨਾਲ ਜੁੜੇ ਰਹਿਣਾ ਅਸੀਂ ਅਪਡੇਟਸ ਪਾਉਂਦੇ ਰਹਾਂਗੇ ਔਰ ਇਨਸ਼ਾਅੱਲਾ ਇਹ ਮੂਵੀ ਕਮਰਸ਼ਲੀ ਵੀ ਸਕਸੈਸਫੁਲ ਹੋਵੇ ਤਾਂ ਕਿ ਅਸੀਂ ਅਗਲੀਆਂ ਮੂਵੀਜ਼ ਦੀ ਚੰਗੀਆਂ ਹੋਰ ਮੂਵੀਜ਼ ਦੀ ਐਕਸਪੈਕਟੇਸ਼ਨ ਰੱਖ ਸਕੀਏ ਤੁਸੀਂ ਬਸ ਇੱਕ ਸੁਨੇਹਾ ਲਾ ਦਿਓ ਸਾਡਾ ਕਿਉਂਕਿ ਪ੍ਰੋਗਰਾਮ ਦਾ ਪੈਟਰਨ ਹੈ ਈ ਸੁਨੇਹੇ ਫਿਲਮ ਬਣਾਉਣ ਲੱਗੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਤੋਂ ਲੈ ਕੇ ਅਗਸਤ ਤੱਕ ਤਾਂ ਮੇਰਾ ਹੈ 13 ਸਤੰਬਰ ਹੈ ਤੁਹਾਡੀ ਆਪਣੀ ਫਿਲਮ ਹੈ ਤੁਸੀਂ ਦੇਖਿਓ ਸਾਨੂੰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਬਿਲਕੁਲ ਬਿਲਕੁਲ ਬਹੁਤ ਵਧੀਆ ਬਹੁਤ ਸ਼ੁਕਰੀਆ ਸੋ ਇਹ ਸਨ ਗਿੱਪੀ ਗਰੇਵਾਲ ਜੀ ਤੇ ਗੁਰਪ੍ਰੀਤ ਘੁੱਗੀ ਜੀ ਤੇ ਇੰਨਾ ਹੀ ਸਮਾਂ ਸੀ ਸੋ ਅਗਲੀ ਵਾਰੀ ਫਿਰ ਅਸੀਂ ਇਹਨਾਂ ਨੂੰ ਕਿਤੇ ਨਾ ਕਿਤੇ ਕਿਸੇ ਬਹਾਨੇ ਪੋਡਕਾਸਟ 'ਚ ਜ਼ਰੂਰ ਲੈ ਕੇ ਆਵਾਂਗੇ ਸੋ ਤੁਸੀਂ ਇੰਤਜ਼ਾਰ ਕਰਿਓ ਵੇਖਦੇ ਰਹੋ ਬਰਕਤ ਚੈਨਲ ਬਹੁਤ ਸ਼ੁਕਰੀਆ